ਇਹ ਪੰਕਤੀ ਜੇ ਕਿਸੇ ਦੀ ਪਕੜ ਵਿੱਚ ਆ ਜਾਏ ਫਿਰ ਇਹ ਪ੍ਰਸ਼ਨ ਕਰਨ ਦੀ ਤੇ ਕਿਸੇ ਤੇ ਲੋੜ ਨਹੀਂ ਤੇ ਭਟਕਣ ਦੀ ਲੋੜ ਵੀ ਨਹੀਂ। ਨਾਮ ਦਾਨ ਬਖਸ਼ੋ, ਨਾਮ ਦਾਨ ਬਖਸ਼ੋ, ਜਗ੍ਹਾ ਜਗ੍ਹਾ ਮੈਂ ਧੱਕੇ ਖਾਣ ਦੀ ਲੋੜ ਨਹੀਂ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੋ ਦੱਸਦੇ ਪਏ ਨੇ ਬੁਨਿਆਦੀ ਨੁਕਤਾ ਦੱਸ ਦਿੱਤਾ, ਛੁਪਾਇਆ ਕੁਛ ਵੀ ਨਹੀਂ ਹੈ, ਸਿਰਫ ਇਤਨਾ ਇਸ ਖਜ਼ਾਨੇ ਨੂੰ ਖੋਲੀਏ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨਾ। ਅਗਰ ਹੀਰਿਆਂ ਨਾਲ ਰਤਨਾਂ ਨਾਲ ਭਰਿਆ ਹੋਇਆ ਬਕਸਾ ਹੈ ਤਾਂ ਕੋਈ ਆਖੇ ਮੈਂ ਖੋਲਣਾ ਹੀ ਨਹੀਂ, ਖੋਲਣਾ ਹੀ ਨਹੀਂ, ਤਾਂ ਫਿਰ ਕੰਗਾਲਤਾ ਵਿੱਚ ਦਿਨ ਬਤੀਤ ਕਰੇਗਾ, ਖੋਲਣਾ ਤਾਂ ਪਏਗਾ। ਇਹ ਪਿਤਾ ਗੁਰੂ ਨਾਨਕ, ਇਹ ਦਾਦਾ ਅਕਾਲ ਪੁਰਖ, ਇਹ ਖਜ਼ਾਨਾ ਹੈ ਪਿਤਾ ਦਾਦੇ ਦਾਦੇ ਦਾ। ਦਾਦੇ ਨੇ ਜੋ ਬਖਸ਼ਿਸ਼ ਕੀਤੀ ਹੈ ਖਜ਼ਾਨੇ, ਪਿਤਾ ਨੇ ਉਸ ਖਜ਼ਾਨੇ ਨੂੰ ਜਿਵੇਂ ਸਾਡੇ ਸਾਹਮਣੇ ਰੱਖਿਆ ਹੈ, ਬਕਸੇ ਦੇ ਵਿੱਚ ਰੱਖਿਆ, ਸ਼ਬਦਾਂ ਦੇ ਵਿੱਚ ਰੱਖਿਆ, ਅੱਖਰਾਂ ਦੇ ਵਿੱਚ ਰੱਖਿਆ, ਖੋਲ੍ਹਣੇ ਪੈਣਗੇ, ਇਹ ਖਜ਼ਾਨਾ ਖੋਲ੍ਹਣਾ ਪਏ। ਮਹਾਰਾਜ ਆਪ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨ, ਤਾਂ ਮੈਨੂੰ ਨਿਦਾਨ ਦੀ ਪ੍ਰਾਪਤੀ ਹੋ ਗਈ, ਇਲਾਜ ਦੀ ਪ੍ਰਾਪਤੀ ਹੋ ਗਈ, ਮੈਂ ਸਵਸਥ ਹੋ ਗਿਆ, ਆਨੰਦਿਤ ਹੋ ਗਿਆ, ਮਾਲਾ ਮਾਲ ਹੋ ਗਿਆ। ਇਸੇ ਤਰ੍ਹਾਂ ਦੇ ਅੱਜ ਉਸ ਖਜ਼ਾਨੇ ਦੀ ਕੁੰਜੀ ਦਾ ਜ਼ਿਕਰ ਕੀਤਾ ਹੈ ਜਿਹਦੇ ਨਾਲ ਤਾਲਾ ਖੋਲ੍ਹਣਾ ਹੈ, ਜਿਹਦੇ ਨਾਲ ਤਾਲਾ ਖੋਲ੍ਹਣਾ ਹੈ ਔਰ ਉਸ ਖਜ਼ਾਨੇ ਨੂੰ ਪ੍ਰਾਪਤ ਕਰਨਾ ਹੈ। ਸਿਰਫ ਪਹਿਲੀ ਪੰਕਤੀ ਪਹਿਲੇ ਸੁਣ ਲਓ, ਕਿਉਂਕਿ ਮੈਂ ਕਿਸੇ ਦੇ ਆਸਰੇ 'ਤੇ ਅਰਥ ਵਿਚਾਰ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਆਪ ਪਹਿਲੀ ਪੰਕਤੀ ਸੁਣ ਲਓ ਅਤੇ ਮੇਰੇ ਜ਼ਿਹਨ ਦੇ 'ਚ ਵੀ ਇਹ ਪਹਿਲੀ ਪੰਕਤੀ ਆ ਜਾਏ ਜਿਹਦੇ 'ਚ ਧਰਮ ਦਾ ਸਾਰ, ਧਰਮ ਦਾ ਤੱਤ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਿਆਨ ਕਰ ਦਿੱਤਾ ਹੈ। ਹਾਂ ਹਾਂ, ਆਪ ਸਰਵਨ ਕਰੋ। ਹਾਂਜੀ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਦ ਹੈ ਇੱਕ ਹੈ ਜਿਸ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ, ਸਤ ਸਰੂਪ ਹੈ, ਸਾਰਾ ਗਿਆਨ ਉਸੇ ਤੋਂ ਆਉਂਦਾ, ਗੁਰੂ ਹੈ, ਸੁਭਾਵ ਦੇ 'ਚ ਉਹ ਪ੍ਰਸਾਦ ਹੈ, ਬਖਸ਼ਿੰਦ ਹੈ, ਦਇਆਲੂ ਹੈ, ਕਰੁਣਾਕਰ ਹੈ, ਕਰੀਮ ਹੈ, ਰਹੀਮ ਹੈ। ਹਾਂਜੀ, ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਦੂਜਾ, ਗੁਰਮੁਖ ਹਰ ਗੁਣ ਗਾਏ ਹਿਰਦਾ ਰਸਨ ਰਸਾਏ। ਗੁਰਮੁਖ ਹਰ ਗੁਣ ਗਾਏ ਹਿਰਦੇ ਰਸਨ ਰਸਾਏ। ਵਿਗਿਆਨ ਦੀ ਸਾਰੀ ਖੋਜ ਖੜੀ ਹੈ ਅੱਖ 'ਤੇ ਅਤੇ ਬੁੱਧ 'ਤੇ। ਅੱਖ ਦੇ ਨਾਲ ਬੁੱਧ ਨਹੀਂ ਹੈ, ਇਹ ਪਦਾਰਥ ਦੀ ਖੋਜ ਨਹੀਂ ਕਰ ਸਕੇਗਾ। ਧਰਮ ਦੀ ਸਾਰੀ ਖੋਜ ਖੜੀ ਹੈ ਰਸਨਾ 'ਤੇ, ਹਿਰਦੇ 'ਤੇ। ਰਸਨਾ ਨਾਲ ਹਿਰਦਾ ਨਹੀਂ, ਇਹ ਖੋਜ ਨਹੀਂ ਕਰ ਸਕੇਗਾ ਧਰਮ ਦੀ। ਅੱਖ ਦੇ ਨਾਲ ਬੁੱਧ ਨਹੀਂ,
ਇਹ ਪਦਾਰਥ ਦੀ ਖੋਜ ਨਹੀਂ ਕਰ ਸਕੇਗਾ, ਰਸਨਾ ਦੇ ਨਾਲ ਹਿਰਦਾ ਨਹੀਂ ਇਹ ਪ੍ਰਭੂ ਵਿੱਚ ਲੀਨ ਨਹੀਂ ਹੋ ਸਕੇਗਾ। ਸਾਫ਼ ਕਹਿ ਦਿੱਤੀ, ਇਹ ਤਤਮਈ ਗੱਲ ਹੈ। ਅੱਖਾਂ ਤੇ ਪਸ਼ੂਆਂ ਕੋਲ ਵੀ ਨੇ, ਅੱਖ ਨਾਲ ਬੁੱਧ ਨਹੀਂ ਹੈ, ਇਤਨੀ ਬੁੱਧ ਨਹੀਂ ਹੈ ਕਿ ਪਦਾਰਥ ਦੀ ਗਹਿਰਾਈ ਵਿੱਚ ਜਾ ਸਕਣ। ਅੱਖਾਂ ਤੇ ਸਾਰੇ ਮਨੁੱਖਾਂ ਕੋਲ ਨੇ, ਕੋਈ ਸਾਰੇ ਸਾਇੰਟਿਸਟ ਨਹੀਂ ਬਣ ਜਾਂਦੇ। ਅੱਖ ਨਾਲ ਜੋ ਪੂਰਨ ਤੌਰ ਤੇ ਆਪਣੀ ਬੁੱਧ ਨੂੰ ਜੋੜ ਦਿੰਦਾ ਹੈ, ਉਹ ਪਦਾਰਥ ਦੇ ਗਹਿਰੇ ਤਲ ਵਿੱਚ ਜਾ ਕੇ ਪਦਾਰਥ ਦਾ ਰਾਜ਼ ਲੱਭ ਲੈਂਦਾ ਹੈ। ਔਰ ਜਦ ਰਾਜ਼ ਲੱਭ ਲੈਂਦਾ ਹੈ ਤਾਂ ਫਿਰ ਉਸੇ ਪਦਾਰਥ ਨੂੰ ਆਪਣੇ ਅਨੁਕੂਲ ਕਰਕੇ ਦੁਨਿਆਵੀ ਬੈਰੂਨੀ ਸੁੱਖ ਹਾਸਲ ਕਰਦਾ ਹੈ। ਸਿਰਫ ਪਦਾਰਥ ਦਾ ਰਾਜ਼ ਜਾਣ ਕੇ, ਪਰ ਇਹ ਜਾਣਨਾ ਖੜਾ ਹੈ ਅੱਖ ਤੇ ਬੁੱਧ ਤੇ। ਬੁੱਧ ਹੈ, ਅੱਖਾਂ ਨਹੀਂ ਨੇ, ਕਮਜ਼ੋਰ ਨੇ, ਜਾਂ ਅੱਖਾਂ ਦੇ ਵਿੱਚ ਜੋਤ ਨਹੀਂ ਹੈ, ਇਹ ਸਾਇੰਟਿਸਟ ਨਹੀਂ ਹੋ ਸਕਦਾ, ਸਾਇੰਟਿਸਟ ਨਹੀਂ ਹੋ ਸਕਦਾ। ਹਿਰਦਾ ਹੈ, ਜ਼ਬਾਨ ਨਹੀਂ ਹੈ, ਰਸਨਾ ਨਹੀਂ ਹੈ, ਗੁੰਗਾ ਹੈ, ਤਾਂ ਹੁਣ ਮੈਂ ਅਰਜ਼ ਕਰਾਂ ਇਹ ਭਗਤ ਵੀ ਨਹੀਂ ਹੋ ਸਕਦਾ। ਇਹਦਾ ਭਗਤ ਹੋਣਾ ਬੜਾ ਔਖਾ ਹੈ। ਸੰਸਾਰ ਦਾ ਧਾਰਮਿਕ ਇਤਿਹਾਸ ਪੜ੍ਹੀਏ, ਇੱਕ ਭਗਤ ਵੀ ਐਸਾ ਨਹੀਂ ਮਿਲਦਾ ਜੋ ਗੁੰਗਾ ਹੋਵੇ, ਇੱਕ ਵੀ ਨਹੀਂ ਮਿਲਦਾ। ਅੱਖ ਦੇ ਨਾਲ ਬੁੱਧ ਨਹੀਂ ਹੈ ਤਾਂ ਵੀ ਇਹ ਪਦਾਰਥ ਦੀ ਖੋਜ ਨਹੀਂ ਕਰ ਸਕਦਾ। ਮੈਂ ਫਿਰ ਅਰਜ਼ ਕਰਾਂ, ਅੱਖਾਂ ਤੇ ਪਸ਼ੂਆਂ ਕੋਲ ਵੀ ਨੇ, ਅੱਖਾਂ ਤੇ ਸਾਰੇ ਮਨੁੱਖਾਂ ਕੋਲ ਨੇ, ਕੋਈ ਮਨੁੱਖ ਵਿਗਿਆਨਕ ਥੋੜ੍ਹੀ ਬਣ ਜਾਂਦਾ ਹੈ। ਪਰ ਜਦ ਅੱਖ ਦੇ ਨਾਲ ਆਪਣੀ ਪੂਰੀ ਬੁੱਧ ਨੂੰ ਜੋੜ ਦਿੰਦਾ ਹੈ, ਸਮਝ ਨੂੰ ਜੋੜਦਾ ਹੈ, ਤਾਂ ਫਿਰ ਪਦਾਰਥ ਦੇ ਗਹਿਰੇ ਤਲ ਦੇ ਵਿੱਚ ਜਾ ਕੇ ਉਹ ਪਦਾਰਥ ਦਾ ਰਾਜ਼ ਲੱਭ ਲੈਂਦਾ ਔਰ ਉਸਨੂੰ ਆਪਣੇ ਅਨੁਕੂਲ ਕਰਨ ਦਾ ਯਤਨ ਕਰਦਾ। ਜਿਵੇਂ ਕਹਿੰਦੇ ਨੇ ਵਾਤਾ ਅਨੁਕੂਲ, ਏਅਰ ਕੰਡੀਸ਼ਨ, ਹਵਾ ਗਰਮ ਹੈ, ਇਹਨੂੰ ਆਪਣੇ ਅਨੁਕੂਲ ਕਰਨਾ ਜਿਤਨੀ ਚਾਹੀਦੀ ਹੈ। ਤੋ ਵਾਤਾ ਅਨੁਕੂਲ, ਆਪਣੇ ਅਨੁਕੂਲ ਕਰਨਾ ਹੈ ਪਵਨ ਨੂੰ। ਬੜੀ ਸੀਤ ਲਹਿਰ ਚੱਲ ਰਹੀ ਹੈ, ਬੜੀ ਠੰਡੀ ਹਵਾ ਚੱਲ ਰਹੀ ਹੈ, ਵਾਤਾ ਅਨੁਕੂਲ, ਇਹਨੂੰ ਗਰਮ ਕਰਨਾ, ਆਪਣੇ ਅਨੁਕੂਲ ਕਰਨਾ, ਜਿਤਨੇ 'ਚ ਮੈਂ ਸੁੱਖ ਲੈ ਸਕਦਾ, ਜਿਤਨੇ 'ਚ ਮੈਨੂੰ ਆਰਾਮ ਮਿਲ ਸਕਦਾ ਹੈ।